ਕੈਨੇਡੀਅਨ ਇਮੀਗ੍ਰੇਸ਼ਨ نیوز ਤੁਹਾਡਾ ਸਵਾਗਤ ਹੈ ਮੈਂ ਸੰਦੀਪ ਸਿੰਘ ਤੁਹਾਡਾ ਹੋਸਟ ਜੋ ਕਿ ਲਗਾਤਾਰ ਤੁਹਾਨੂੰ ਕੈਨੇਡੀਅਨ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਰਿਗਾਰਡਿੰਗ ਅਪਡੇਟਸ ਦਿੰਦਾ ਰਹਿੰਦਾ ਹਾਂ ਅੱਜ ਦੀ ਨਵੀਂ ਅਪਡੇਟ ਪਿਛਲੇ ਲੰਬੇ ਦੇ ਸਮੇਂ ਤੋਂ ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਲਗਾਤਾਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਾਂ ਐਕਸਪ੍ਰੈਸ ਐਂਟਰੀ ਦੀ ਰੈਗੂਲਰ ਡਰਾਸ ਦੀ ਉਡੀਕ ਕਰਦੇ ਪਏ ਆ ਪਰ ਉਹ ਡਰਾਸ ਨਹੀਂ ਨਿਕਲ ਰਿਹਾ ਹੈਗੇ ਅੱਜ ਐਕਸਪ੍ਰੈਸ ਐਂਟਰੀ ਦਾ ਪੀ ਐਨ ਪੀ ਡਰਾ ਨਿਕਲਿਆ ਆ ਅਜੇ ਵੀ ਰੈਗੂਲਰ ਡਰਾ ਨਹੀਂ ਨਿਕਲਿਆ ਹੈਗਾ ਬਹੁਤ ਲੋਕ ਬੇਸਬਰੀ ਨਾਲ ਉਸ ਡਰਾ ਦਾ ਇੰਤਜ਼ਾਰ ਕਰ ਰਹੇ ਨੇ ਉਹ ਜਿਹੜੀ ਐਕਸਾਈਟਮੈਂਟ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾ ਨਿਕਲੂਗਾ ਜਾਂ ਫੋਰਨ ਜਿਹੜੇ ਲੋਕ ਬਾਹਰ ਕੈਨੇਡਾ ਤੋਂ ਬਾਹਰ ਬੈਠੇ ਨੇ ਕਿ ਉਹਨਾਂ ਦਾ ਫੋਰਨ ਸਕਿਲਡ ਵਰਕਰਸ ਦਾ ਡਰਾ ਨਿਕਲੂਗਾ ਐਤਾ ਟਾਈਮ ਦੱਸੇਗਾ ਬਟ ਜਿਹੜਾ ਅੱਜ ਡਰਾ ਨਿਕਲਿਆ ਆ ਪੀ ਐਨ ਪੀ ਦਾ ਡਰਾ ਨਿਕਲਿਆ ਆ ਹੋਰ 183 ਪੀ ਐਨ ਪੀ ਕੈਂਡੀਡੇਟਸ ਦੀ ਕਿਸਮਤ ਚਮਕੀ ਆ ਕੈਨੇਡਾ ਨੇ 183 ਪੀ ਐਨ ਪੀ ਕੈਂਡੀਡੇਟਸ ਨੂੰ ਇਨਵਾਈਟ ਕੀਤਾ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜਾ ਮਿਨਿਮਮ ਸਕੋਰ ਗਿਆ ਆ ਉਸ 682 ਗਿਆ ਆ ਸੋ ਕੰਦ ਆਪਾ ਕਿ ਜਿਹੜੇ ਬੰਦਿਆਂ ਦੇ ਕੋਲ ਸਿਰਫ 82 ਪੁਆਇੰਟ ਸੀ ਉਹਨਾਂ ਨੂੰ 600 ਪੁਆਇੰਟ ਪੀ ਐਨ ਪੀ ਕਰਕੇ ਮਿਲੇ ਉਹਨਾਂ ਲੋਕਾਂ ਦੀ ਵੀ ਕਿਸਮਤ ਚਮਕੀ ਆ ਸੋ ਪੀ ਐਨ ਪੀ ਬਹੁਤ ਮਜ਼ੇਦਾਰ ਪ੍ਰੋਗਰਾਮ ਹੈਗਾ ਯਾ ਪੀ ਐਨ ਪੀ ਦੇ ਵਿੱਚ ਤੁਹਾਨੂੰ ਸਿੱਧਾ 600 ਪੁਆਇੰਟਸ ਮਿਲ ਜਾਂਦੇ ਹੈਗੇ ਨੇ ਸੋ ਕਾਫੀ ਕਾਫੀ ਲੋਕਾਂ ਦੀ ਜਿਹੜੀ ਪੀ ਐਨ ਪੀ ਦੀ ਲੋੜ ਆ ਉਹ ਹੁੰਦੀ ਹੈਗੀ ਆ ਕਾਫੀ ਲੋਕ ਪੀ ਐਨ ਪੀ ਵਾਲੇ ਪਾਸੇ ਨੂੰ ਚੱਲਦੇ ਨੇ ਪੀ ਐਨ ਪੀ ਮਿਲਣੀ ਕੋਈ ਖਾਲਾ ਜੀ ਦਾ ਵਾਰਾ ਨਹੀਂ ਇਟਸ ਵੈਰੀ ਡਿਫਿਕਲਟ to get a pnp park ਜਿੰਨਾ ਲੋਕਾਂ ਨੂੰ ਮਿਲੀ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਰੈਗੂਲਰ ਅਪਡੇਟਸ ਲੈਣ ਵਾਸਤੇ ਕੈਨੇਡIAN ਇਮੀਗ੍ਰੇਸ਼ਨ ਨਿਊਜ਼ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਸੋ ਤਾਂ ਹਰੇਕ ਇਨਸਾਨ ਤੱਕ ਸਹੀ ਇਨਫੋਰਮੇਸ਼ਨ ਪਹੁੰਚ ਸਕੇ ਰੈਗੂਲਰ ਕੈਨੇਡਾ ਦੀਆਂ ਖਬਰਾਂ ਕੈਨੇਡੀਅਨ ਇਮੀਗ੍ਰੇਸ਼ਨ ਦੀ ਕੋਈ ਐਸੀ ਖਬਰ ਨਹੀਂ ਜਿਹੜੀ ਅਸੀਂ ਤੁਹਾਡੇ ਤੱਕ ਨਹੀਂ ਪਹੁੰਚਾਵਾਂਗੇ ਸਾਡੀ ਇਹ ਵਚਨਬੰਦਤਾ ਹੈ ਤੁਹਾਡੇ ਨਾਲ ਕਿ ਹਰੇਕ ਮਿੰਟ ਹਰੇਕ ਸੈਕਿੰਡ ਤੁਹਾਡੇ ਤੱਕ ਕੋਈ ਵੀ ਕੈਨੇਡੀਅਨ ਇਮੀਗ੍ਰੇਸ਼ਨ ਨਿਊਜ਼ ਹੋਵੇ ਤੁਹਾਡੇ ਤੱਕ ਪਹੁੰਚਾਈ ਜਾਵੇ ਸੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਅੱਜ ਦੀ ਵੱਡੀ ਖਬਰ ਐਕਸਪ੍ਰੈਸ ਐਂਟਰੀ ਦੇ ਵਿੱਚ 183 ਕੈਂਡੀਡੇਟਸ ਪੀਐਨਪੀ ਕੈਂਡੀਡੇਟਸ ਨੂੰ ਇਨਵਾਈਟ ਕੀਤਾ ਗਿਆ ਹੈ ਉਹਨਾਂ ਸਾਰਿਆਂ ਨੂੰ ਤਹਿ ਦਿਲੋਂ ਮੁਬਾਰਕਾਂ